ਅਸੀਂ ਤਾਂ ਸਾਂਝੀਵਾਲਤਾ ਦਾ ਪ੍ਰਤੀਕ ਹਾਂ, ਅਸੀਂ ਤਾਂ ਜ਼ੁਲਮੀ 'ਤੇ ਉਹਦੀ ਰੱਖਿਆ ਕਰਦੇ ਹਾਂ ਅਤੇ ਜੁਰਮਾਨੇ 'ਤੇ ਵਾਰ ਕਰਦੇ ਹਾਂ ਜਿਹੜਾ ਜ਼ੁਲਮੀ ਹੋਵੇ, ਮਜ਼ਲੂਮਾਂ ਦੀ ਰੱਖਿਆ ਕਰਦੇ ਹਾਂ। ਅਸੀਂ ਐਂ ਨਹੀਂ ਕਰ ਸਕਦੇ, ਅਸੀਂ ਤਾਂ ਅਕਾਲ ਦੀ ਸਿਆਸਤ ਕਰਦੇ ਹਾਂ ਅਤੇ ਧਰਮ ਵੀ ਅਕਾਲ ਦਾ। ਜਦੋਂ ਅਕਾਲ ਦਾ ਧਰਮ ਆ ਤਾਂ ਉੱਥੇ ਹਿੰਦੂ ਕੀ, ਮੁਸਲਿਮ ਕੀ, ਈਸਾਈ ਕੀ, ਕੋਈ ਦਲਿਤ ਕੀ ਅਤੇ ਸਿੱਖ ਕੀ, ਉਹ ਤਾਂ ਸਾਰੇ ਹੀ ਫਿਰ ਜਿਵੇਂ ਮਹਾਰਾਜ ਨੇ ਸਾਜੇ ਆ ਉਵੇਂ ਹੀ ਰੱਖਦੇ ਹਾਂ ਅਸੀਂ ਉਹਨਾਂ ਨੂੰ। ਅਸੀਂ ਵੰਨ ਸੁਵੰਨਤਾ ਨੂੰ, ਜਿਹੜੀ ਕਲਚਰਲ ਡਾਇਵਰਸਿਟੀ ਅਤੇ ਬਾਇਓਡਾਇਵਰਸਿਟੀ ਆ, ਵੰਨ ਸੁਵੰਨਤਾ, ਉਹਨੂੰ ਅਸੀਂ ਉਹਦੀ ਰੱਖਿਆ ਕਰਦੇ ਹਾਂ, ਉਹਨੂੰ ਪ੍ਰੋਟੈਕਟ ਕਰਦੇ ਹਾਂ। ਸੋ ਜਦੋਂ ਤੱਕ ਅਸੀਂ ਸਤਿਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਓਟ ਆਸਰੇ 'ਚ ਹਾਂ, ਉਦੋਂ ਤੱਕ ਨਹੀਂ ਹਿੱਲ ਸਕਦੇ। ਜਦੋਂ ਇੱਥੋਂ ਹਿੱਲੇ ਉਦੋਂ ਬਾਅਦ ਫਿਰ ਬਾਕੀਆਂ 'ਚ ਸਾਡੇ 'ਚ ਕੋਈ ਫਰਕ ਨਹੀਂ ਰਹਿ ਜਾਂਦਾ। ਸੋ ਇੰਨੀਆਂ ਕੁ ਗੱਲਾਂ ਆਪਾਂ ਕਰਨੀਆਂ ਸੀ। ਅਸੀਂ ਨਾ ਜਿੱਤ ਦਾ ਜਸ਼ਨ ਮਨਾਉਣੇ ਆ, ਨਾ ਹਾਰ ਦਾ ਮਾਤਾ, ਸਾਡੀਆਂ ਪੈਰਾਂ ਵਕਤ ਨਾ ਤੇ ਵਕਤ ਹੀ ਸਾਡੀ ਜਿੱਤ ਹਾਰ ਦਾ ਇਤਿਹਾਸ ਲਿਖਦਾ।